ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਔਰ ਅਸੀਂ ਅੱਜ ਵਿਚਾਰ ਵਟਾਂਦਰਾ ਕਰ ਰਹੇ ਹਾਂ ਕਿਸ ਤਰੀਕੇ ਨਾਲ ਅਸੀਂ ਬੱਚਿਆਂ ਦੇ ਟੈਲੈਂਟ ਨੂੰ ਨਰਚਰ ਕਰ ਸਕਦੇ ਹਾਂ ਔਰ ਕਿਸ ਤਰੀਕੇ ਨਾਲ ਅਸੀਂ ਬੱਚਿਆਂ ਨੂੰ ਇੱਕ ਸੁਨਹਿਰਾ ਭਵਿੱਖ ਦੇ ਸਕਦੇ ਹਾਂ ਔਰ ਕਿਸ ਤਰੀਕੇ ਨਾਲ ਬੱਚੇ ਤੁਹਾਨੂੰ ਸੁਨਹਿਰਾ ਭਵਿੱਖ ਦੇ ਸਕਦੇ ਨੇ ਅੱਜ ਇਸੇ ਨੇ ਲੈ ਕੇ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਨੇ ਡਾਕਟਰ ਚਰਨ ਕਮਲ ਸਿੰਘ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜੋ ਕਿ ਇਸ ਮੁਤਲਕ ਅੱਜ ਸਾਡੇ ਨਾਲ ਵਿਚਾਰ ਕਰ ਰਹੇ ਨੇ ਜਿਹੜੇ ਦਰਸ਼ਕ ਸਾਨੂੰ ਹੁਣ ਜੁੜੇ ਨੇ ਜਿਹਨਾਂ ਨੇ ਹੁਣ ਟੀ ਵੀ ਸੈੱਟਸ ਨੂੰ ਔਨ ਕੀਤਾ ਅਤੇ ਮੈਂ ਤਾਰੁਫ ਕਰਾ ਦੇਵਾਂ ਡਾਕਟਰ ਚਰਨ ਕਮਲ ਸਿੰਘ ਜੀ ਸ਼ਮੀਤ ਅਗਰ ਤੁਸੀਂ ਸੁਣਿਆ ਹੋਣਾ ਹੈ ਉਹ ਰੂਹ ਜਿਹਨੇ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ ਸੀਗਾ ਇੰਟਰਨੈਸ਼ਨਲ ਪੱਧਰ 'ਤੇ ਨੈਸ਼ਨਲ ਪੱਧਰ 'ਤੇ ਅੱਜ ਉਹ ਸਾਡੇ ਵਿੱਚ ਨਹੀਂ ਹੈਗੇ ਲੇਕਿਨ ਉਹਨਾਂ ਦੀ ਰੂਹ ਉਹਨਾਂ ਦੀ ਸੋਚ ਉਹਨਾਂ ਦੀ ਆਈਡੀਓਲੋਜੀ ਉਹਨਾਂ ਦੀ ਵਿਚਾਰਧਾਰਾ ਅੱਜ ਵੀ ਸਾਡੇ ਨਾਲ ਮੌਜੂਦ ਹੈ ਅਤੇ ਉਹਨਾਂ ਨੂੰ ਹੀ ਅਗਰ ਟੀਚਿੰਗਸ ਦਿੱਤੀ ਗਈਆਂ ਸੀਗੀਆਂ ਅਤੇ ਚਾਚਾ ਜੀ ਵੱਲੋਂ ਯਾਨੀ ਕਿ ਡਾਕਟਰ ਚਰਨ ਕਮਲ ਸਿੰਘ ਵੱਲੋਂ ਦਿੱਤੀਆਂ ਗਈਆਂ ਸੀਗੀਆਂ ਜੋ ਉਹਨਾਂ ਨੇ ਵੋਇਸ ਆਫ ਇੰਡੀਆ ਦਾ ਵੀ ਕਿਤਾਬ ਹਾਸਿਲ ਕੀਤਾ ਸੀ ਅਤੇ ਡਾਕਟਰ ਚਰਨ ਕਮਲ ਸਿੰਘ ਜੀ ਕਿੰਨਾ ਕੁ ਲਾਜ਼ਮੀ ਹੈਗਾ ਬੱਚਿਆਂ ਲਈ ਔਰ ਕਿੰਨਾ ਕੁ ਜ਼ਰੂਰੀ ਹੈਗਾ ਬੱਚਿਆਂ ਲਈ ਸਤਿਕਾਰ ਸਤਿਕਾਰ ਵਰਡ ਜਿਹੜਾ ਹੈਗਾ ਉਹ ਮਾਪਿਆਂ ਨੂੰ ਵੀ ਸਮਝਣਾ ਚਾਹੀਦਾ ਹੈ ਔਰ ਬੱਚਿਆਂ ਨੂੰ ਵੀ ਸਮਝਣਾ ਚਾਹੀਦਾ ਸਤਿਕਾਰ ਇੱਕ ਐਸੀ ਸੈਂਸਿਟਿਵ ਤੰਦ ਹੈ ਇੱਕ ਜਨਰੇਸ਼ਨ ਤੋਂ ਅਗਲੀ ਜਨਰੇਸ਼ਨ ਦੀ ਔਰ ਪਿਆਰ ਸਤਿਕਾਰ ਅਤੇ ਥੋੜ੍ਹੀ ਜਿਸ ਤਰ੍ਹਾਂ ਭੈ ਭਾਵਨੀ ਇਹਨਾਂ ਦਾ ਮਿਕਸਚਰ 'ਚੋਂ ਇੱਕ ਅਜਿਹਾ ਡਾਇਨਾਮਿਕ ਰਿਲੇਸ਼ਨਸ਼ਿਪ ਹੈ ਕਿ ਸਮੇਂ ਦੇ ਨਾਲ ਇਹ ਇਸ ਰਿਲੇਸ਼ਨਸ਼ਿਪ ਨੂੰ ਕਿਵੇਂ ਨਰਚਰ ਕਰਨਾ ਇੱਕ ਕਾਲਰ ਸਾਡੇ ਕਹਿ ਰਹੇ ਸੀ ਕਿ ਮਾਪਿਆਂ ਦਾ ਜ਼ਿਆਦਾ ਕਸੂਰ ਹੈ ਤੋ ਕਈ ਵਾਰੀ ਫੈਮਿਲੀ ਟੂ ਫੈਮਿਲੀ ਵੇਰੀ ਕਰਦਾ ਬਟ ਆਫਕੋਰਸ ਮਾਪੇ ਜਦੋਂ ਸੀਨੀਅਰ ਨੇ ਬੱਚਿਆਂ ਦੇ ਅਤੇ ਫਸਟ ਐਲਡਰ ਜਨਰੇਸ਼ਨ ਹੈ ਅਤੇ ਉਹਨਾਂ ਦੀ ਜ਼ਿੰਮੇਵਾਰੀ ਜ਼ਰੂਰ ਹੈ ਕਿ ਇਹ ਜਿਹੜੀ ਤੰਦ ਹੈ ਇਹ ਇਹਦਾ ਸੁਖਾਵਾਂ ਰਹੇ ਆਪਸ 'ਚ ਹੁਣ ਉਹਦੇ ਵਿੱਚ ਕੀ ਹੈ ਕਿ ਜਦੋਂ ਬੱਚਾ ਬਿਲਕੁਲ ਛੋਟਾ ਉਹ ਤਾਂ ਫਿਰ ਲਾਡਲੀ ਤੰਦ ਹੈ ਜਦੋਂ ਬੱਚਾ ਪੈਰਾਂ 'ਤੇ ਆ ਗਿਆ ਖੇਡ ਰਿਹਾ ਅਤੇ ਉਦੋਂ ਫਿਰ ਬੜਾ ਹੀ ਇੱਕ ਅਸੀਂ ਕੇਅਰਫੁੱਲ ਉਹਦੀ ਜਿਹੜੀ ਹੈ ਪ੍ਰੋਗਰੈਸ਼ਨ ਉਹਦਾ ਐਕਸਪੋਜਰ ਔਰ ਉਹਦੀ ਜਿਹੜੀ ਕੈਪੇਬਿਲਿਟੀ ਸਕਿੱਲਸ ਮੈਨੂੰ ਇੱਕ ਸਵਾਲ ਇੱਥੇ ਯਾਦ ਆ ਗਿਆ ਮੈਂ ਗੁਰੂ ਸਾਹਿਬਾਂ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕਰ ਲਵਾਂ ਬਾਬਾ ਫਤਿਹ ਸਿੰਘ ਜੀ ਦੀ ਮੈਂ ਗੱਲ ਕਰ ਲਵਾਂ ਉਹ ਨਿੱਕੀ ਜਿਹੀ ਏਜ ਉਸ ਟਾਈਮ ਟੈਕਨੋਲੋਜੀ ਦਾ ਵੀ ਜ਼ਮਾਨਾ ਨਹੀਂ ਹੁੰਦਾ ਸੀਗਾ ਅਤੇ ਲੱਗਦਾ ਸੀਗਾ ਕਿ ਉਹ ਉਸ ਘਰ ਦੇ ਵਿੱਚ ਪਰਵਰਿਸ਼ ਹੋਈ ਹੈ ਜਿਸ ਕਰਕੇ ਉਹਨਾਂ ਦੀ ਇੰਟਲੈਕਚੁਅਲ ਲੈਵਲ ਉਹਨਾਂ ਦਾ ਜਿਹੜਾ ਕਿਰਦਾਰ ਸੀਗਾ ਉਹ ਘਰ ਤੋਂ ਸ਼ੁਰੂਆਤ ਹੋਈ ਸੀਗੀ ਜਾਂ ਫਿਰ ਵਾਕਈ ਹੀ ਉਹ ਬਲੈਸ ਸੀਗੇ ਤੁਹਾਨੂੰ ਕੀ ਲੱਗਦਾ ਦੇਖੋ ਇਹ ਸਾਰਾ ਗੁਰੂ ਸਾਹਿਬ ਦੇ ਅਸੀਂ ਤਾਂ ਦੇਖੋ ਉਹਨਾਂ ਦੀ ਲਿਖਤ ਉਹਨਾਂ ਦੇ ਬਾਰੇ ਜਾਣ ਕੇ ਉਹਨਾਂ ਦੀ ਹੁਣ ਤੱਕ ਅਸੀਂ ਬਲੈਸਿੰਗਸ ਲੈ ਰਹੇ ਹਾਂ ਅਤੇ ਜਿਨ੍ਹਾਂ ਨੂੰ ਉਹਨਾਂ ਦੀ ਗੋਦ ਮਿਲੇ ਅਤੇ ਉਹ ਬੱਚਿਆਂ ਨੇ ਤਾਂ ਆਫਕੋਰਸ ਉਹ ਲੈਣਾ ਹੀ ਸੀ ਪਲੱਸ ਉਹਨਾਂ ਨੇ ਜ਼ਿੰਮੇਵਾਰਾਨਾ ਅਸੀਂ ਠੰਡਾ ਭਰ ਜਾਂਦੇ ਇਸ ਗੱਲ ਨੂੰ ਸੋਚ ਕੇ ਜੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਡੱਟ ਕੇ ਬੋਲੇ ਸੀ ਜੇ ਉਸ ਵੇਲੇ ਕਹਿੰਦੇ ਅੱਜ ਦੇ ਸਿਆਣੇ ਬੱਚਿਆਂ ਨੂੰ ਵਾਂਗੂ ਜਿਸ ਕਹਿੰਦੇ ਨੇ ਬਾਜੀ ਕੋਈ ਗੱਲ ਨਹੀਂ ਆ ਥੋੜ੍ਹਾ ਸਮੇਂ ਦੀ ਗੱਲ ਹੈ ਅਤੇ ਜੇ ਉਹ ਕਹਿੰਦੇ ਵੀ ਭਾਈ ਇੱਕ ਵਾਰੀ ਕਿਲ੍ਹੇ 'ਚ ਬਾਹਰ ਨਿਕਲਦੇ ਹਾਂ ਇੱਕ ਵਾਰੀ ਇਹਨਾਂ ਨੂੰ ਕਹਿੰਦੇ ਹਾਂ ਬਣ ਜਾਂਦੇ ਹਾਂ ਅਤੇ ਬਾਹਰ 'ਚ ਆਪਾਂ ਆਪਣੇ ਫਿਰ ਸਾਡੇ ਸਿੱਖ ਨਾਲ ਰਲ ਜਾਣਗੇ ਫਿਰ ਅਸੀਂ ਇਹਨਾਂ ਨੂੰ ਜਵਾਬ ਦੇ ਦਾਂਗੇ ਸਾਡੀ ਕਿੰਨੀ ਸ਼ਰਮਨਾਕ ਹੋਣੀ ਸੀ ਪਰ ਸਾਡਾ ਇਹਨਾਂ ਨੇ ਕਿੰਨਾ ਸਾਡੀ ਸਾਰੀ ਕੌਮ ਦੀ ਬਹੁਤਾ ਸਿੰਘ ਗਰਜਾ ਸਿੰਘ ਨੇ ਪਹਿਰਾ ਦਿੱਤਾ ਸੀਗਾ ਸਾਹਿਬਜ਼ਾਦਿਆਂ ਨੇ ਇਹ ਉਹ ਅੰਤਲਾ ਸਮਾਂ ਆ ਜਾਂਦਾ ਕਿ ਡੂ ਔਰ ਡਾਈ ਅਤੇ ਹਮੇਸ਼ਾ ਉਹਨਾਂ ਨੇ ਡੂ ਕੀਤਾ ਅਤੇ ਸਾਨੂੰ ਅੱਜ ਉਹਨਾਂ ਤੋਂ ਪ੍ਰੇਰਣਾ ਉਹਨਾਂ ਦੇ ਉਹਨਾਂ ਨੇ ਆਪਣਾ ਜੀਵਨ ਦੇ ਕੇ ਸਾਨੂੰ ਪ੍ਰੇਰਣਾ ਦਿੱਤੀ ਆਈ ਫੀਲ ਵੈਰੀ ਵੈਰੀ ਹਾਈ ਵੈਲਿਊਜ਼ ਆਫ ਲਾਈਫ ਅਤੇ ਜਿਹੜਾ ਆਪਾਂ ਸਤਿਕਾਰ ਦੀ ਆਪਾਂ ਗੱਲ ਕਰ ਰਹੇ ਸੀਗੇ ਆਹ ਸਾਡੇ ਕੋਲ ਇੰਨੇ ਜ਼ਿਆਦਾ ਆਈਡੀਅਲਸ ਨੇ ਸਾਡੇ ਵਿੱਚ ਬਿਲਕੁਲ ਉਹਨਾਂ ਤੋਂ ਆਪਾਂ ਸਿੱਖ ਸਕਦੇ ਹਾਂ ਡਾਕਟਰ ਸਾਹਿਬ ਕਾਲਸ ਬਹੁਤ ਆ ਰਹੀਆਂ ਆਪਾਂ ਆਪਣੇ ਕਾਲਰ ਸੇ ਵੀ ਕਾਲਸ ਲੈ ਲਈਏ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਸਲੋ ਤੋਂ ਬੋਲਦਾ ਜੀ ਜੀ ਕੀ ਕਹਿਣਾ ਚਾਹੋਗੇ ਜੀ ਕੀ ਕਹਿਣਾ ਚਾਹੋਗੇ ਤੇ ਬਾਕੀ ਆ ਵੀ ਪ੍ਰੋਗਰਾਮ ਤੁਹਾਡਾ ਬੜਾ ਵਧੀਆ ਅੱਜ ਵੀ ਬੜੇ ਸੋਹਣੇ ਖਿਆਲ ਦੇ ਰਹੇ ਤੁਸੀਂ ਜੀ 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 ਪਰ ਮੇਰੇ ਇੱਕ ਤਜਰਬੇ ਦੀ ਜਿਹੜੀ ਗੱਲ ਆਈ ਹੈ ਕਿ ਅਸੀਂ ਖੁਦ ਸਿੱਖੀ ਦਾ ਸਤਿਆਨਾਸ਼ ਕਰ ਰਹੇ ਹਾਂ ਜਿੰਨੇ ਵੀ ਕਿਉਂਕਿ ਸਾਡੇ ਕੋਲ ਕੋਈ ਐਸਾ ਲੀਡਰ ਨਹੀਂ ਕਿ ਜਿਹੜੇ ਅਸੀਂ ਲੋਕਾਂ ਨੂੰ ਸਮਝਾ ਸਕੀਏ ਬੱਚਿਆਂ ਨੂੰ ਸਮਝਾ ਸਕੀਏ ਮੈਂ ਖਾਲਸਾ ਸਕੂਲ ਦਾ ਪੜ੍ਹਿਆ ਹਾਂ ਮੇਰੇ ਇਲਾਕੇ ਦੇ ਵਿੱਚ ਜਿੰਨੇ ਖਾਲਸਾ ਸਕੂਲ ਸੀਗੇ ਉਹ ਸਾਰੇ ਗੌਰਮੈਂਟ ਨੂੰ ਹੈਂਡ ਓਵਰ ਕਰ ਦਿੱਤੇ ਆਪਣੇ ਸਿੱਖਾਂ ਨੇ
ਜਿੰਨੇ ਵੀ ਵੱਡੇ ਵੱਡੇ ਮਾਲਪੁਰ ਸਕੂਲ ਬੜਿਆਂ ਨੇ ਸੁਣਿਆ ਆ, ਔਰ ਇੱਦਾਂ ਦੇ ਪੰਜ ਸੱਤ ਸਕੂਲ ਮੇਰੇ ਇਲਾਕੇ ਦੇ ਵਿੱਚ ਜਿਹੜੇ ਗੌਰਮੈਂਟ ਨੂੰ ਹੈਂਡ ਓਵਰ ਕਰ ਦਿੱਤੇ, ਬੱਚੇ ਵਿਚਾਰੇ ਕੀ ਕਰਨ। ਬਾਕੀ ਸਾਡੇ ਟੀਚਰ ਆ, ਸਾਡੇ ਬੱਚਾ ਇੱਥੇ ਗੁਰਦੁਆਰੇ ਬਾਹਰਲੇ ਮੁਲਕਾਂ ਦਾ ਲੈ ਲਓ, ਹਰ ਗੁਰਦੁਆਰੇ ਵਿੱਚ ਡਾਂਸ ਛੋਟਾ ਵੱਜਦਾ, ਜੁੱਤੀ ਵੱਜਦੀ ਆ, ਬੱਚੇ ਸਕੂਲ ਰਾਜੀ ਨਹੀਂ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਮੈਂ ਬਿਲਕੁਲ ਇਸ ਸਵਾਲ ਦਾ ਜਵਾਬ ਲਵਾਂਗਾ। ਮੇਰੇ ਨਾਲ ਬਹੁਤ ਸਾਰੇ ਕਾਲਰ ਜੁੜ ਰਹੇ ਨੇ, ਮੈਂ ਮਾਫ਼ੀ ਮੰਗਣਾ ਚਾਹਾਂਗਾ ਆਪਣੇ ਕਾਲਰ ਤੋਂ, ਜਿਹਨਾਂ ਦੀ ਮੈਂ ਅੱਜ ਪੂਰੀ ਗੱਲ ਨਹੀਂ ਸੁਣ ਪਾਵਾਂਗਾ, ਲੇਕਿਨ ਆਈ ਵੁੱਡ ਲਾਈਕ ਟੂ ਲਿਸਨ ਯੂ, ਲੇਕਿਨ ਆਪਣੀ ਗੱਲ ਨੂੰ ਜਲਦੀ ਖਤਮ ਕਰਨ ਦੀ ਅੱਜ ਕੋਸ਼ਿਸ਼ ਕਰਿਓ। ਹਰਭਜਨ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਰਕੀ ਸਿੰਘ ਜੀ। ਦੇਖੋ, ਬਚਪਨ ਦੇ ਵਿੱਚ ਨਾਲ ਸਭ ਤੋਂ ਵੱਡੀ ਜ਼ਰੂਰਤ ਜਿਹੜੀ ਬੱਚੇ ਨੂੰ ਆ ਜੀ ਜੀ, ਉਹ ਮਾਂ ਪਿਓ ਦੇ ਪਿਆਰ ਔਰ ਅਫੈਕਸ਼ਨ ਦੀ ਆ ਜੀ ਜੀ ਜੀ। ਕਿਉਂਕਿ ਪੇਰੈਂਟਸ ਜਿਹੜੀ ਸਿਕਿਉਰਿਟੀ ਮਤਲਬ ਬੱਚੇ ਨੂੰ ਦਿੰਦੇ ਆ, ਉਹ ਤੁਸੀਂ ਬੋਰਡਿੰਗ ਸਕੂਲ ਦੇ ਵਿੱਚ ਜਾਂ ਉਹਨੂੰ ਦੂਸਰੇ ਮੁਲਕ ਛੱਡ ਕੇ, ਉਹ ਬੱਚਾ ਬਿਲਕੁਲ ਇਨਸਕਿਓਰ ਹੋ ਜਾਂਦਾ ਜੀ। ਬੱਚਾ ਇੰਡੀਆ ਜਾ ਕੇ ਇਨਸਕਿਓਰ ਨਹੀਂ ਹੋਇਆ, ਤੁਸੀਂ ਉਹਨੂੰ ਇਨਸਕਿਓਰ ਬਣਾਇਆ। ਇਸ ਕਰਕੇ ਕਈ ਬੱਚੇ ਉੱਥੇ ਪੜ੍ਹਨ ਗਏ ਹੈਗੇ ਆ, ਕਿਉਂਕਿ ਮਾਂ ਪਿਓ ਇੱਥੇ ਰਹਿੰਦੇ ਸੀਗੇ, ਉਹ ਉੱਥੇ ਗਏ, ਲੇਕਿਨ ਉਹਨੂੰ ਡਰ ਇਹ ਸੀ ਕਿ ਬੱਚੇ ਵੈਸਟਰਨਾਈਜ਼ ਹੋ ਜਾਣਗੇ, ਸਮਝ ਗਈ ਨਾ। ਉਹ ਜਦੋਂ ਬੱਚੇ ਵਾਪਸ ਆਉਂਦੇ ਆ ਤੇ ਨਾ ਫਿਰ ਉਹ ਨਾ ਫਿਰ ਇੰਡੀਅਨ ਕਲਚਰ ਹੀ ਸੈੱਟ ਆਏ ਤੇ ਨਾ ਇੱਧਰ ਹੀ ਸੈੱਟ ਆਏ, ਹਾਂਜੀ। ਪਰ ਫਿਰ ਵੀ ਉਹਨਾਂ ਨੂੰ ਕੋਸ਼ਿਸ਼ ਬਹੁਤ ਕਰਨੀ ਪਈ, ਕਿਉਂਕਿ ਸਿਸਟਮ ਅੱਛਾ ਹੈਗਾ। ਪਰ ਉੱਦਾਂ ਉੱਥੇ ਬੱਚਾ ਇਨਸਕਿਓਰ ਨੀਗਾ। ਇਨਸਕਿਓਰਿਟੀ ਉਦੋਂ ਹੁੰਦੀ ਆ ਕਿ ਜਦ ਬੱਚਾ ਘਰ ਆਉਂਦਾ ਉਹਨੂੰ ਕੋਈ ਪਿਆਰ ਔਰ ਮੁਹੱਬਤ ਕਰਨ ਵਾਲਾ ਨਹੀਂ ਹੁੰਦਾ, ਉਹਨੂੰ ਉਹਨੂੰ ਸਿਕਿਉਰਿਟੀ ਦੇਣ ਵਾਲਾ ਨਹੀਂ ਹੁੰਦਾ। ਇਹ ਲੋਕੀ ਇਹ ਚੀਜ਼ ਨੂੰ ਰਿਅਲਾਈਜ਼ ਨਹੀਂ ਕਰਦੇ, ਇਹਨਾਂ ਨੂੰ ਧਾਰਮਿਕ ਸਕੂਲਾਂ ਜਾ ਕੇ ਪਾ ਦਿੰਦੇ ਆ। ਉਹ ਬੱਚਾ ਇਕੱਲਾ ਘਰ ਚ ਆਉਂਦਾ, ਉਹਨੂੰ ਕੋਈ ਪਿਆਰ ਨੀ ਮੁਹੱਬਤ ਨੀ, ਉਹ ਬੱਚਾ ਫਿਰ ਉਸੇ ਤਰੀਕੇ ਨਾਲ ਸਾਰੀ ਉਮਰ ਵੱਲ ਇਕੱਲਾ ਹੀ ਰਹਿ ਜਾਂਦਾ ਹੈਗਾ। ਅੱਛਾ, ਦੂਸਰੀ ਗੱਲ, ਤੁਸੀਂ ਜੂਸ ਦੀ ਗੱਲ ਕੀਤੀ ਆ, ਦੇਖੋ ਉਹ ਇੱਕ ਬੜੀ ਕਲੋਜ਼ ਸੋਸਾਇਟੀ ਆ। ਅਸੀਂ ਪੰਜਾਬੀ ਚਾਹੇ ਸਿੱਖ ਆ ਚਾਹੇ ਹਿੰਦੂ ਆ, ਅਸੀਂ ਬੜੀ ਓਪਨ ਸੋਸਾਇਟੀ ਆ, ਅਸੀਂ ਐਵੇਂ ਕਲੋਜ਼ ਹੋ ਕੇ ਨਹੀਂ ਰਹਿ ਸਕਦੇ। ਯੂਨੋ, ਇਹ ਅਸੀਂ ਇੱਕ ਮਤਲਬ ਨਾ ਇੱਕ ਇੱਕ ਬੰਦਿਸ਼ ਨਹੀਂ ਅਸੀਂ ਬੈਠੇ ਹੈਗੇ। ਇਹ ਜਿਹੜੀ ਯੂ ਸੋਸਾਇਟੀ ਆ ਉਹ ਬੜੀ ਆਪਣੇ ਆਪ 'ਚ ਹੀ ਆ, ਉਹ ਦੂਸਰੇ ਲੋਕਾਂ ਨਾਲ ਮਿਕਸਅਪ ਨਹੀਂ ਹੁੰਦੀ, ਜਿਹੜੀ ਕਿ ਉਹ ਬੜੀ ਹੈਲਦੀ ਸੋਸਾਇਟੀ ਨੇ। ਇਸੇ ਕਰਕੇ ਜਿੱਥੇ ਵੀ ਗਏ ਉਹਨਾਂ ਨੂੰ ਪਰੇਸ਼ਾਨੀ ਹੋਈ, ਔਰ ਜਿੱਥੇ ਉਹ ਰਹਿ ਵੀ ਰਹੇ ਆ ਉੱਥੇ ਵੀ ਉਹ ਪਰੇਸ਼ਾਨੀ ਕ੍ਰੀਏਟ ਕਰ ਰਹੇ ਆ। ਦੈਟਸ ਅ ਡਿਫਰੈਂਟ ਇਸ਼ੂ। ਹਾਂਜੀ। ਅੱਛਾ, ਦੂਸਰੀ ਗੱਲ, ਹਰਭਜਨ ਸਿੰਘ ਜੀ, ਮੈਂ ਸਿਰਫ ਇਸ ਗੱਲ ਕੇ ਕਿਹਾ ਸੀਗਾ ਕਿ ਬੱਚੇ ਆਪਣੀ ਮਿਸਾਲ ਦਿੰਦਾ, ਮੈਂ ਸਾਇੰਸ ਸਬਜੈਕਟ ਦੇ ਵਿੱਚ ਬਹੁਤ ਕਮਜ਼ੋਰ ਸੀਗਾ, ਪਰ ਮੇਰੇ ਮਾਂ ਪਿਓ ਨੇ ਕਿਸੇ ਦੀ ਗੱਲ ਕਹਿਣ ਕੇ ਮੈਨੂੰ ਮਤਲਬ ਸਾਇੰਸ ਦੇ ਸਬਜੈਕਟ ਦੇ ਦਿੱਤੇ, ਜੋ ਮੈਨੂੰ ਸਾਰੀ ਉਮਰ ਮਤਲਬ ਉਹਨਾਂ ਨੂੰ ਸਟਰਗਲ ਕਰਨੀ ਪਈ। ਜੇ ਮੈਂ ਆਰਟ, ਇੱਕ ਪੋਲੀਟੀਕਲ ਮਾਈਂਡਡ ਮੁੰਡਾ ਸੀਗਾ, ਇੱਕ ਆਰਟ ਔਰ ਹਿਸਟਰੀ ਨਾਲ ਸੋਚਣ ਵਾਲਾ ਮੁੰਡਾ ਸੀਗਾ, ਪਰ ਮੈਂ ਸਾਇੰਸ ਦਾ ਸਬਜੈਕਟ ਨਹੀਂ ਸੀਗਾ, ਤਾਂ ਉਹਦੇ ਵਿੱਚ ਮੈਂ ਬਿਲਕੁਲ ਕਾਮਯਾਬ ਨਹੀਂ ਹੋਇਆ। ਮੇਰੇ ਦਿਮਾਗ ਚੋਂ ਨਿਕਲ ਗਿਆ। ਅੱਛਾ, ਮੈਂ ਇੱਕ ਮੈਂ ਡਾਕਟਰ ਸਾਹਿਬ ਤੋਂ ਗੱਲ ਪੁੱਛਣੀ ਚਾਹੁੰਦਾ। ਹੈਲੋ, ਡਾਕਟਰ ਸਾਹਿਬ, ਮੈਂ ਤੁਹਾਨੂੰ ਗੱਲ ਇੱਕ ਪੁੱਛਣੀ ਚਾਹੁੰਦਾ। ਹਾਂਜੀ ਹਾਂਜੀ। ਮੈਂ ਕੁਛ ਚਿਰ ਹੋਇਆ ਇੰਗਲਿਸ਼ ਵਿੱਚ ਕਿਤਾਬ ਪੜ੍ਹੀ ਸੀ, ਉਹ ਇੰਡੀਅਨ ਮੁੰਡੇ ਨੇ ਲਿਖੀ ਹੋਈ ਆ, ਮੁੰਡਾ ਇੱਥੇ ਕੈਂਬਰਿਜ ਯੂਨੀਵਰਸਿਟੀ ਪੜ੍ਹਿਆ ਲਿਖਿਆ ਹੈਗਾ, ਬਹੁਤ ਕਾਮਯਾਬ ਹੈ। ਇੱਥੇ ਟਾਈਮਸ ਪੇਪਰ ਹੈ ਜਿਹੜਾ ਕਿ ਇੰਗਲੈਂਡ ਦੇ ਵਿੱਚ ਬਹੁਤ ਮਸ਼ਹੂਰ ਪੇਪਰ ਹੈ, ਜਿਹਨੂੰ ਬਹੁਤ ਹੀ ਯੂਨੋ ਪੋਲੀਟੀਸ਼ੀਅਨ ਜਾਂ ਟੌਪ ਦੇ ਲੋਕ ਉਹਨੂੰ ਪੜ੍ਹਦੇ ਆ, ਉਹਦੇ ਵਿੱਚ ਉਹ ਕੋਲਮਨਿਸਟ ਆ, ਕਾਮਯਾਬ ਮੁੰਡਾ। ਉਹਨੇ ਕਿਤਾਬ ਲਿਖੀ, ਉਹ ਤੇ ਸੀਰੀ ਵੀ ਇੱਥੇ ਬੀਬੀਸੀ ਨੇ ਕੀਤੀ, ਜਿਹਦੇ ਵਿੱਚ ਸਾਡੇ ਇੰਡੀਅਨ ਐਕਟਰ ਨੇ ਉਹਦੇ ਵਿੱਚ ਪਲੇ ਕੀਤਾ। ਉਹ ਮੈਂ ਕਿਤਾਬ ਕਿਉਂ ਪੜ੍ਹੀ, ਮੈਂ ਜਲਦੀ ਇਸ ਕਰਕੇ ਕਰਾਂ, ਟਾਈਮ ਪੂਰਾ ਕਰਕੇ, ਮੇਰੇ ਘਰ ਉਹ ਕਿਤਾਬ ਪਈ ਸੀ, ਮੇਰੇ ਬੱਚਿਆਂ ਲਈ ਪਈ ਸੀ, ਤਾਂ ਮੈਂ ਕਿਹਾ ਸ਼ਾਇਦ ਮੈਨੂੰ ਕੋਈ, ਮੈਂ ਬੜਾ ਟੈਨਸ਼ਨ ਲਿੱਤਾ, ਪਰ ਮੈਂ ਗੱਡੀ ਦੇ ਸਫ਼ਰ 'ਤੇ ਜਾਣਾ ਸੀਗਾ, ਅਤੇ ਉਹ ਕਿਤਾਬ ਮੈਂ ਪੜ੍ਹ ਕੇ ਦੇਖਣ ਲੱਗਾ, ਤਾਂ ਉਹਦੀ ਜਿਹੜਾ ਲਾਸਟ ਪੇਜ ਸੀਗਾ ਉਹ ਇੰਡੀਅਨ ਮੁੰਡੇ ਨੇ ਲਿਖੀ ਸੀ, ਉਸ ਕਰਕੇ ਇਹਦੀ ਕ੍ਰਿਏਟੀ ਮੇਰੇ 'ਤੇ ਪੈਦਾ ਹੋਈ। ਉਹਦੀ ਮਤਲਬ ਜਿਹਨੂੰ ਫੀਡਬੈਕ ਬੜੀ ਅੱਛੀ ਸੀ ਪੇਪਰਾਂ ਦੀ, ਜਦ ਉਹਦੇ ਮੈਂ ਲਾਸਟ ਸੈਂਟੈਂਸ ਪੜ੍ਹਿਆ ਜੀ, ਉਹਨੇ ਮੈਨੂੰ ਸਾਰੀ ਕਿਤਾਬ ਪੜ੍ਹਨ ਵਾਸਤੇ ਮਜਬੂਰ ਕਰਤਾ। ਮੈਂ ਇੰਨੀ ਮਤਲਬ ਜੋਸ਼ ਨਾਲ ਕਿਤਾਬ ਪੜ੍ਹੀ ਕਿ ਜਦ ਮੈਂ ਰਾਤ ਨੂੰ 1 ਵਜੇ ਉੱਠ ਕੇ ਮੈਂ ਕਿਤਾਬ ਪੜ੍ਹਦਾ ਸੀਗਾ, ਉਹ ਕਿਤਾਬ ਦਾ ਜਿਹੜਾ ਲਾਸਟ ਪੇਜ ਲਾਸਟ ਲਾਈਨ ਸੀਗੀ ਉਹਦੇ ਵਿੱਚ ਉਹ ਲਿਖਦਾ, ਉਹ ਕਹਿੰਦਾ ਗੋ ਬੈਕ ਇਨ ਟੂ ਯੋਰ ਪਾਸਟ, ਗੋ ਬੈਕ ਇਨ ਟੂ ਯੋਰ ਪਾਸਟ, ਬਟ ਡੋਂਟ ਲੈਟ ਇਟ ਸਟੋਪ ਯੂ ਗੋ ਫਾਰਵਰਡ। ਇਹੀ ਕਹਿੰਦਾ ਡਾਕਟਰ ਸਾਹਿਬ ਜੀ ਸਰ, ਕਿ ਆਪਣੇ ਪਿੱਛੇ ਨਾਲ ਜੁੜੋ, ਆਪਣਾ ਰੱਖੋ, ਆਪਣਾ ਧਰਮ ਸਭ ਕੁਝ ਰੱਖੋ, ਮੈਂ ਨੀ ਆਖਿਆ, ਪਰ ਨਾਲ ਅਗਰ ਕੋਈ ਚੀਜ਼ ਤੁਹਾਨੂੰ ਪਿੱਛੇ ਰੱਖ ਰਹੀ ਆ ਤੇ ਫਿਰ ਤੁਹਾਨੂੰ ਉੱਥੇ ਸੋਚਣਾ ਪਏਗਾ, ਸੋਚਣਾ ਪਏਗਾ। ਮੈਂ ਡਾਕਟਰ ਸਾਹਿਬ ਤੋਂ ਵੀ ਕੁਐਸਚਨ ਪੁੱਛਦਾ, ਇੱਕ ਲਾਈਨ ਨੇ ਮੈਨੂੰ ਕਿਤਾਬ ਪੜ੍ਹਨ ਵਾਸਤੇ ਜੀ, ਬਿਲਕੁਲ ਹਰਭਜਨ ਸਿੰਘ ਜੀ, ਆਈ ਵਿਲ ਟੇਕ ਦਿਸ ਆਨਸਰ ਫਰੋਮ ਡਾਕਟਰ ਸਾਹਿਬ, ਮੈਂ ਲੈਂਦਾ ਇਸ ਸਵਾਲ ਦਾ ਜਵਾਬ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਹਰੀਸ਼ ਮਲਹੋਤਰਾ ਬੋਲਦਾ, ਬਰਮਿੰਘਮ ਇੰਗਲੈਂਡ ਤੋਂ। ਜੀ ਡਾਕਟਰ ਮਲਹੋਤਰਾ, ਕੀ ਹਾਲ ਹੈ, ਠੀਕ ਹੋ ਤੁਸੀਂ?
ਮੈਂ ਬਿਲਕੁਲ ਠੀਕ ਆ। ਜਿਹੜੀ ਗੱਲ ਅਸੀਂ ਕਰਦੇ ਹੈਗੇ ਵੀ ਸਾਨੂੰ ਮਾਂ ਬਾਪ ਦੀਆਂ ਜਿਹੜੀਆਂ ਖਾਸ ਕਰਕੇ ਧਰਮ ਤੇ ਹੋਰ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਇਹਨਾਂ ਬਿਨ ਮਰਨਾ ਚਾਹੀਦਾ, ਮੈਂ ਇਹਨਾਂ ਬਿਲਕੁਲ ਸਹਿਮਤ ਨਹੀਂ ਹੈਗਾ। ਉਹਦੇ ਕਾਰਨ ਯਾਨੀ ਕਿ ਹੈ ਲੈ ਜਿਹੜਾ ਧਰਮ ਹੈਗਾ ਜਾਂ ਨਾ ਹੈਗਾ, ਯਾਨੀ ਕਿ ਜਾਂ ਮੈਂ ਕਿਸ ਜਗ੍ਹਾ ਤੇ ਜੰਮਿਆ, ਈਵਨ ਨਾ ਵੀ ਯਾਨੀ ਕਿ ਮੇਰਾ ਆਪਣਾ ਨਹੀਂ ਹੈ, ਨਾ ਯਾਨੀ ਕਿ ਮੇਰੇ ਮਾਪਿਆਂ ਨੇ ਦਿੱਤਾ, ਮੇਰੀ ਚੋਇਸ ਨਹੀਂ ਸੀ ਮੈਂ ਕਿਹਨਾਂ ਦੇ ਘਰ ਜੰਮਿਆ ਹੈਗਾ। ਧਰਮ ਉੱਤੇ ਕਿਸੇ ਥੋਪਣਾ, ਰਿਚਰਡ ਡੋਕਿੰਸ ਕਹਿੰਦਾ ਇਸ ਚਾਈਲਡ ਅਬਿਊਸ, ਤੇ ਮੈਂ ਇਹ ਸਮਝਦਾ ਹੈਗਾ ਲੈ ਜਿਹੜੀਆਂ ਬਹੁਤ ਸਾਰੀਆਂ ਸਾਡੀਆਂ ਕਦਰਾਂ ਕੀਮਤਾਂ ਜਿਹਨੂੰ ਅਸੀਂ ਭਾਰਤੀ ਕਿਸ ਵੇਲੇ ਬੜਾ ਵਧਾ ਚੜਾ ਕੇ ਉਹਦੇ ਦੇਖਦੇ ਹਾਂ, ਮੈਨੂੰ ਸ਼ਰਮ ਆਉਂਦੀ ਹੈ ਉਹਨਾਂ ਕਦਰਾਂ ਕੀਮਤਾਂ ਦੇ, ਜਿੱਥੇ ਯਾਨੀ ਕਿ ਸਾਡੇ ਇਹ ਹੈਗਾ ਵੀ ਜਾਤ ਪਾਤ ਉੱਥੇ ਸਾਡੇ ਨਸਾਂ ਨਸਾਂ ਵਿੱਚ ਫਸੀ ਪਈ ਆ, ਜਿਹੜਾ ਅਸੀਂ ਔਰਤਾਂ ਨਾਲ ਵਿਤਕਰਾ ਕਰਦੇ ਹਾਂ ਉਹ ਸਾਡੇ ਨਸਾਂ 'ਚ ਫਸਿਆ ਪਿਆ, ਸਾਡੇ ਯਾਨੀ ਕਿ ਜਿਹੜੀ ਡਿਸਕ੍ਰਿਮੀਨੇਸ਼ਨ ਹੈਗੀ ਆ ਉਹ ਪੈਰ ਪੈਰ ਤੇ ਯਾਨੀ ਕਿ ਫਸੀ ਪਈ ਸੀ, ਅਸੀਂ ਰੰਗ 'ਤੇ ਡਿਸਕ੍ਰਿਮੀਨੇਸ਼ਨ ਕਰਦੇ ਹਾਂ, ਡਿਸਬਿਲਟੀ 'ਤੇ ਡਿਸਕ੍ਰਿਮੀਨੇਸ਼ਨ ਕਰਦੇ ਹਾਂ, ਅਸੀਂ ਯਾਨੀ ਜਿਹੜਾ ਹੈਗਾ ਜਾਤ ਪਾਤ 'ਤੇ ਕਰਦੇ ਹਾਂ, ਅਸੀਂ ਇਲਾਕੇ 'ਤੇ ਡਿਸਕ੍ਰਿਮੀਨੇਸ਼ਨ ਕਰਦੇ ਹਾਂ, ਮੇਰਾ ਖਿਆਲ ਦੁਨੀਆ ਵਿੱਚ ਕਿਤੇ ਵੀ ਇੰਨੀ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਜਿੰਨੀ ਯਾਨੀ ਕਿ ਸਾਡੇ ਸਮਾਜ ਵਿੱਚ ਹੈ। ਸੋ ਇਸ ਕਰਕੇ ਮੇਰਾ ਜਦੋਂ ਮੈਂ ਯਾਨੀ ਕਿ ਪੜ੍ਹਿਆ ਹੈਗਾ, ਮੈਂ ਇੰਡੀਆ ਤੋਂ ਡਾਕਟਰ ਯਾਨੀ ਕਿ ਅਸੀਂ ਡਿਗਰੀ ਕਰਕੇ ਅਸੀਂ ਇੱਥੇ ਡਾਕਟਰੇਟ ਕੀਤੀ ਹੈ, ਯਾਨੀ ਕਿ ਮੈਂ ਆਪਣੇ ਆਪ ਨੂੰ ਦੇਖਿਆ, ਰਿਵਿਊ ਕੀਤਾ ਹੈਗਾ, ਤੇ ਆਈ ਐਮ ਰੈਸ਼ਨਲਿਸਟ, ਆਈ ਐਮ ਵੈਰੀ ਪ੍ਰਾਊਡ ਆਫ ਦੈਟ, ਵੀ ਜਿਹੜੀ ਗੱਲ ਲੌਜਿਕ ਤੇ ਰੀਜ਼ਨ ਤੇ ਜਿਹੜੀ ਉਸ ਕਸਵੱਟੀ ਤੇ ਠੀਕ ਨਹੀਂ ਬੈਠਦੀ ਹੈ, ਆਈ ਵਿਲ ਨੋਟ ਐਕਸੈਪਟ ਦੈਟ, ਮੈਨੂੰ ਇਹੋ ਜਿਹਾ ਪਾਸ ਦੀ ਕੋਈ ਜ਼ਰੂਰਤ ਨਹੀਂ। ਮੈਂ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਬਹੁਤ ਵਧੀਆ ਹੈਗੀਆਂ ਉਹਨਾਂ ਨੂੰ ਮੈਂ ਸਦਾ ਨਾਲ ਰੱਖੂੰਗਾ, ਉਹਨਾਂ ਦਾ ਪ੍ਰਚਾਰ ਵੀ ਕਰੂੰਗਾ, ਉਹਨਾਂ ਦਾ ਥਰੂ ਮੈਂ ਲਿਖਤਾਂ ਦੀ ਵੀ ਗੱਲ ਕਰਦਾ ਤੇ ਉਹਨਾਂ ਦਾ ਮੈਂ ਰੇਡੀਓ ਤੇ ਟੈਲੀਵਿਜ਼ਨ ਥਰੂ ਵੀ ਪ੍ਰਚਾਰ ਕਰਦਾ। ਓਕੇ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜੀ। ਪਹਿਲੀ ਗੱਲ ਕਰੋ ਸਰ, ਕਿਹੜੀ ਸੀ? ਹਰਭਜਨ ਸਿੰਘ ਜੀ ਹੋਰਾਂ ਦੀ ਸੀਗੀ, ਉਹਨਾਂ ਨੇ ਆਪਣੀ ਗੱਲ ਰੱਖੀ ਹੈ ਤੇ ਉਹ ਕਹਿੰਦੇ ਕਿ ਜਿਹੜੀ ਕਿਤਾਬ ਦਾ ਉਹ ਜ਼ਿਕਰ ਕੀਤਾ ਸੀ। ਹਾਂ ਹਾਂ, ਹਰਭਜਨ ਸਿੰਘ ਜੀ, ਮੈਂ ਕਹਿਣਾ ਚਾਹੂੰਗਾ ਕਿ ਇੱਕ ਤਾਂ ਬੜੀ ਅੱਛੀ ਗੱਲ ਹੈ ਕਿ ਕਿਤਾਬ ਪੜ੍ਹਨ ਦੀ ਰੁਚੀ ਵਾਲੇ ਲੋਕ ਦੇ ਆਰ ਸਟਿਲ ਅਰਾਊਂਡ, ਦੈਟ ਇਜ਼ ਵੰਡਰਫੁਲ ਥਿੰਗ, ਮੋਸਟ ਆਫ ਅਸ ਆਰ ਨਾਓ ਗੂਗਲਿਸਟ ਜੀ, ਰਾਈਟ? ਅਤੇ ਇੱਕ ਅੰਗਰੇਜ਼ੀ ਦਾ ਅਖਾਣ ਹੈ ਬੜਾ ਪੁਰਾਣਾ, ਪੀਪਲ ਹੂ ਫੋਰਗੈਟ ਦੇਅਰ ਹਿਸਟਰੀ ਆਰ ਡੂਮਡ ਟੂ ਰਿਪੀਟ ਇਟ। ਅਤੇ ਸਾਡੇ ਜਿਨ੍ਹਾਂ ਦੇ ਇਤਿਹਾਸ ਵਿੱਚ ਸਾਰਾ ਕੁਝ ਹੀ ਮਾੜਾ ਹੈ, ਕੁਝ ਪ੍ਰੇਰਣਾ ਦੀ ਗੱਲ ਨਹੀਂ ਹੈਗੀ, ਦੇ ਨੀਡ ਨੋਟ ਬਾਦਰ ਦੈਮਸੈਲਵਸ ਬਾਈ ਗੋਇੰਗ ਬੈਕ, ਪਰ ਜਿਨ੍ਹਾਂ ਦਾ ਇਤਿਹਾਸ ਤਾਂ ਮਤਲਬ ਲਿਸ਼ਕਾਰੇ ਮਾਰਦਾ ਹੋਏ, ਐਂਡ ਦੇ ਇਟ ਇਜ਼ ਟੂ ਸਾਨੂੰ ਪ੍ਰੇਰਣਾ ਦੇਣ ਵਾਸਤੇ, ਸਾਨੂੰ ਇਨਕਲਕੇਟ ਕਰਨ ਵਾਸਤੇ, ਫੁੱਲਨੈਸ ਹੈ, ਅਕੰਪਲਿਸ਼ਡ ਹੈ, ਭਰਪੂਰ ਹੈ, ਫੁਲਫਿਲਡ ਹੈ, ਅਤੇ ਅਸੀਂ ਤਾਂ ਵਾਰੇ ਵਾਰੇ ਜਾਈਏ, ਮਤਲਬ ਜਿਹੜਾ ਕਿ ਇਸ ਇਤਿਹਾਸ 'ਚ ਪ੍ਰੇਰਣਾ ਲੈ ਕੇ ਅੱਜ ਦੇ ਜੀਵਨ ਨੂੰ ਹੋਰ ਰੁਸ਼ਨਾ ਸਕਦਾ। ਅਤੇ ਆਈ ਫੀਲ ਕਿ ਉਹ ਥੋੜ੍ਹਾ ਜਿਹਾ ਸਾਡੇ 'ਤੇ ਜਿਹੜਾ ਸਾਡਾ ਪੰਜਾਬ ਦਾ ਸਿੱਖ ਧਰਮ ਦਾ ਔਰ ਇੱਥੋਂ ਦੇ ਜਿਹੜੇ ਬੱਚੇ ਰਿਲੇਟਡ ਨੇ ਉਸ ਚੀਜ਼ ਦੇ ਨਾਲ, ਉਹ ਦੇ ਸ਼ੁੱਡ ਬੀ ਵੈਰੀ ਪ੍ਰਾਊਡ ਆਫ ਦੈਟ ਹਿਸਟੋਰੀਕਲ ਬੈਕਗਰਾਊਂਡ। ਬਟ ਐਂਡ ਆਫ ਦ ਡੇ ਮੈਂ ਉਹੀ ਕਹਿ ਰਿਹਾ, ਮੈਂ ਜਨਮ ਤਾਂ ਸਾਡਾ ਪੰਜਾਬ ਹੀ ਹੋਇਆ ਨਾ, ਆਫਕੋਰਸ ਸਾਨੂੰ ਵਿਰਾਸਤ ਦੇ ਵਿੱਚ ਜੇਕਰ ਕੋਈ ਚੀਜ਼ਾਂ ਮਿਲੀਆਂ ਉਹ ਪੰਜਾਬ ਤੋਂ ਹੀ ਮਿਲੀਆਂ ਨਾ, ਠੀਕ ਹੈ, ਅੱਜ ਸਾਡਾ ਬੋਲਬਾਲਾ ਆਲ ਓਵਰ ਵਰਲਡ ਦੇ ਵਿੱਚ ਜਿਸ ਪਾਸੇ ਵੀ ਅਸੀਂ ਚਲੇ ਜਾਈਏ ਤਾਂ ਸਾਡਾ ਬੋਲਬਾਲਾ ਹੈਗਾ, ਲੇਕਿਨ ਉਹ ਇੱਕ ਕਹਿੰਦੇ ਨਾ ਚਿੰਗਾਰੀ ਨਿਕਲਦੀ ਹੈ ਕਿੱਥੋਂ ਦੀ, ਉਹ ਚਿੰਗਾਰੀ, ਉਹ ਫਾਇਰ ਤਾਂ ਨਿਕਲੀ ਪੰਜਾਬ ਤੋਂ ਹੀ ਹੈ, ਔਰ ਬਾਕੀ ਇਸੇ ਕਰਕੇ ਸਾਡੇ ਜਿਹੜੇ ਵਿਊਅਰਸ ਨੇ ਡਾਕਟਰ ਸਾਹਿਬ ਉਹ ਬਹੁਤ ਪਰੇਸ਼ਾਨ ਹੋ ਜਾਂਦੇ ਨੇ, ਔਰ ਉਹਨਾਂ ਨੂੰ ਬਹੁਤ ਹੀ ਮੁਸ਼ਕਿਲ ਹੋ ਜਾਂਦੀ ਹੈ, ਔਰ ਬਹੁਤ ਉਹਨਾਂ ਨੂੰ ਡਿਪਰੈਸ਼ਨ ਹੋ ਜਾਂਦਾ, ਔਰ ਬਹੁਤ ਉਹਨਾਂ ਨੂੰ ਉਹ ਸਟ੍ਰੈਸ ਲੈ ਲੈਂਦੇ ਨੇ ਇਸ ਕਰਕੇ ਕਿ ਕਿਉਂ ਸਾਡੇ ਪੰਜਾਬ ਦੇ ਵਿੱਚ ਅਜਿਹਾ ਹਾਲ ਹੋ ਰਿਹਾ। ਉਹ ਚਾਹੁੰਦੇ ਨੇ ਕਿ ਜੇਕਰ ਉੱਥੇ ਦਾ ਜਿਹੜੀ ਫਿਊਚਰ ਹੈ ਉਹ ਵਧੀਆ ਹੁੰਦਾ ਤਾਂ ਉਹ ਇੰਸਟਿਡ ਆਫ ਲਿਵਿੰਗ ਇਨ ਯੂਕੇ ਐਂਡ ਯੂਰੋਪ ਦੇ ਕੈਨ ਰਾਧਰ ਗੋਇੰਗ ਦੇਅਰ ਐਂਡ ਦੇ ਕੈਨ ਸੈਟਲ ਦੇਅਰ ਲਾਈਫ ਇਨ ਪੰਜਾਬ, ਅਤੇ ਇਸ ਕਰਕੇ ਉਹ ਹੋਏ ਪਏ ਨੇ। ਔਰ ਤੁਸੀਂ ਜਿਹੜੀ ਗੱਲ ਕਹੀ ਕਿ ਪੰਜਾਬ ਦੇ ਵਿੱਚ ਔਰ ਜਿਹੜੇ ਸਾਡੇ ਵਿਊਅਰਸ ਵੀ ਕਹਿੰਦੇ ਨੇ ਕਿ ਉੱਥੇ ਇਨਸਿਕਿਉਰਿਟੀ ਹੈਗੀ ਹੈ ਜਾਂ ਉੱਥੇ ਬੱਚਾ ਸਾਡਾ ਵਧੀਆ ਪਲ ਨਹੀਂ ਸਕਦਾ ਜਾਂ ਫਿਰ ਬੱਚੇ ਉੱਥੇ ਸਿੱਖਿਆ ਨਹੀਂ ਲੈ ਸਕਦੇ, ਕੀ ਇਹਦਾ ਲੈਣਾ ਦੇਣਾ ਇਹਨਾਂ ਸਾਰੀ ਗੱਲਾਂ ਤੋਂ ਹੈ? ਵੈਲ, ਆਈ ਵਿਲ ਟੇਕ ਦਿਸ, ਇਹਦੇ ਸਵਾਲ ਦਾ ਜਵਾਬ ਜ਼ਰੂਰ ਲਵਾਂਗਾ। ਮੈਨੂੰ ਡਾਕਟਰ ਸਾਹਿਬ ਸਮਾਂ ਇੱਥੇ ਨਿੱਕੇ ਜਿਹੇ ਵਕਫੇਲੇ ਰੋਕ ਰਿਹਾ, ਕਿਉਂਕਿ ਜਿਹੜੇ ਵਿਊਅਰਸ ਇਸ ਅੱਜ ਦੇ ਮੁੱਦੇ ਦੇ ਵਿੱਚ ਸਾਨੂੰ ਕਮਰਸ਼ੀਅਲ ਦਿੰਦੇ ਆ, ਬ੍ਰੇਕ ਤੋਂ ਬਾਅਦ ਜਿਹੜੀ ਐਡ ਚੱਲਦੀ ਹੈ ਉਹਨਾਂ ਦਾ ਵੀ ਧਿਆਨ ਸਾਨੂੰ ਰੱਖਣਾ ਪੈਂਦਾ। ਨਿੱਕੇ ਜਿਹੇ ਵਕਫੇਲੇ ਮੈਂ ਰੁਕ ਰਿਹਾ, ਵਕਫੇ ਤੋਂ ਬਾਅਦ ਜਲਦੀ ਵਾਪਿਸ ਆ ਰਿਹਾ।